ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ। ਦੇਖੋ ਜੀ ਹੁਣ ਹੋ ਗਿਆ ਮਾਰਨਿੰਗ ਦਾ ਟਾਈਮ ਤੇ ਸੂਬੇ ਦੇ ਵੱਜੇ ਨੇ 9:30 ਤੇ ਆਪਾਂ ਸਰਦੀਆਂ ਵਾਸਤੇ ਨਾ ਸਪੈਸ਼ਲ ਬਣਾਉਣ ਲੱਗੇ ਆ ਖਿਚੜੀ। ਖਿਚੜੀ ਆਪਾਂ ਕਿਹੜੀਆਂ ਦੋ ਚੀਜ਼ਾਂ ਦੀ ਬਣਾਵਾਂਗੇ? ਦੇਖੋ ਜੀ ਆਪਾਂ ਨੇ ਨਾ ਇੱਧਰ ਚੌਲ ਲੈ ਲੈਣੇ। ਇਹ ਚੌਲ ਹੈਗੇ ਆਪਣੇ ਬਾਸਮਤੀ ਚੌਲ ਹੈ ਘਰ ਦੇ, ਤੇ ਇੱਧਰ ਆਪਾਂ ਨੇ ਲੱਤੀ 1 ਕੌਲੀ ਮੂੰਗੀ ਮਸਰੀ ਦੀ, ਤੇ ਦੋਵੇਂ ਚੀਜ਼ਾਂ ਨੂੰ ਮਿਕਸ ਕਰਕੇ ਬਣਾਵਾਂਗੇ। ਤੇ ਉਹਦੇ ਵਿੱਚ ਆਪਾਂ ਨੇ ਕਿਹੜਾ ਕਿਹੜਾ ਸਮਾਨ ਪਾਉਣਾ? ਦੇਖੋ ਜੀ ਹੁਣ ਕਾਫੀ ਠੰਡ ਪੈਣ ਲੱਗ ਗਈ ਹੈ ਤੇ ਆਪਾਂ ਨੂੰ ਨਾ ਬਜ਼ੁਰਗਾਂ ਦਾ ਵੀ ਧਿਆਨ ਰੱਖਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਤੇ ਆਪਾਂ ਨੇ 1 ਲੱਤੀ ਆ ਦਾਲ ਚੀਨੀ ਤੇ 2 ਲੱਤੀਆਂ ਨੇ ਆਪਾਂ ਨੇ ਸਾਬਤ ਇਲਾਇਚੀਆਂ ਤੇ 4-5 ਲੈ ਲੈਣੇ ਆਪਾਂ ਨੇ ਲੌਂਗ ਤੇ 2 ਚਮਚ ਲੱਤੇ ਨੇ ਆਪਾਂ ਨੇ ਜੀਰੇ ਦੇ। ਇਹ ਚੀਜ਼ਾਂ ਪਾਉਣ ਦੇ ਨਾਲ ਨਾ ਬਜ਼ੁਰਗਾਂ ਨੂੰ ਠੰਡ ਨਹੀਂ ਲੱਗੂਗੀ ਤੇ ਜਿਹੜੀ ਆਪਣੀ ਖਿਚੜੀ ਉਹ ਬਹੁਤ ਜ਼ਿਆਦਾ ਟੇਸਟੀ ਬਣੂਗੀ। ਚਲੋ ਜੀ ਹੁਣ ਆਪਾਂ ਲਾਉਣ ਲੱਗੇ ਹਾਂ ਤੜਕਾ, ਤੇ ਜਿਹੜਾ ਆਪਾਂ ਤੜਕਾ ਲਾਵਾਂਗੇ ਉਹ ਲਾਵਾਂਗੇ ਆਪਾਂ ਸਰੋਂ ਦੇ ਤੇਲ ਦੇ ਵਿੱਚ। ਆਪਾਂ ਨੇ 1 ਕੜਛੀ ਪਾ ਲੈਣੀ ਆ ਵਿੱਚ ਇਹਦੇ ਸਰੋਂ ਦੇ ਤੇਲ ਦੀ, ਤੇ ਇਹਨੂੰ ਨਾ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ। ਚਲੋ ਜੀ ਇਹਨੇ ਹੁਣ ਆਪਣਾ ਤੇਲ ਗਰਮ ਹੁੰਦਾ ਹੈ ਤੇ ਆਪਾਂ ਦੋਨੇ ਚੀਜ਼ਾਂ ਨੂੰ ਨਾ ਚੰਗੀ ਤਰ੍ਹਾਂ ਨਾ ਵਾਸ਼ ਕਰ ਲੈਂਦੇ। ਵਾਸ਼ ਕਰਕੇ ਨਾ ਫਿਰ ਤੁਹਾਨੂੰ ਮਿਲਦੇ ਆ। ਹੁਣ ਆਪਣਾ ਤੇਲ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਚੀਨੀ ਤੇ ਸਾਬਤ ਇਲਾਇਚੀਆਂ ਤੇ ਲੌਂਗ, ਤੇ ਇਹਨਾਂ ਨੂੰ ਐਨ ਆਪਾਂ ਚੰਗੀ ਤਰ੍ਹਾਂ ਨਾ ਭੁੰਨ ਲਵਾਂਗੇ ਤੇ ਪਾਉਣ ਨਾਲ ਨਾ ਬਹੁਤ ਜ਼ਿਆਦਾ ਟੇਸਟੀ ਖਿਚੜੀ ਬਣੂਗੀ। ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਜੀਰਾ। ਜੀਰੇ ਨੂੰ ਆਪਾਂ ਨੇ ਐਨ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੌਲ ਤੇ ਦਾਲ। ਦੇਖੋ ਜੀ ਇਹਦਾ ਕਲਰ ਦੇਖੋ ਕਿੰਨਾ ਵਧੀਆ ਲੱਗਦਾ ਹੈ ਤੇ ਇਹਨੂੰ ਬਣਾਉਣ ਦੇ ਵਿੱਚ ਕੋਈ ਇੰਨਾ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ, ਨਾ ਕੋਈ ਬਾਹਲਾ ਟਾਈਮ ਲੱਗਦਾ ਹੈ। ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਤੇ ਖੁਸ਼ਬੂ ਦੇਖੋ ਆਪਣੀ ਕਿਚਨ ਦੇ ਵਿੱਚ ਕਿੰਨੀ ਵਧੀਆ ਆਉਣ ਲੱਗੀ ਹੈ। ਹੁਣ ਆਪਾਂ ਨੇ ਇਹਨੂੰ ਐਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਉਸਦੇ ਮਗਰੋਂ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਸੁੱਕੇ ਮਸਾਲੇ। ਇਹਦੇ ਵਿੱਚ ਆਪਾਂ ਨੇ ਪਾਇਆ ਨੂਣ, ਮਿਰਚ, ਮਸਾਲਾ, ਹਲਦੀ ਤੇ ਹੋਰ ਆਪਾਂ ਨੂੰ ਬਾਹਲੇ ਮਸਾਲੇ ਪਾਉਣ ਦੀ ਲੋੜ ਨਹੀਂ ਹੈਗੀ। ਹੁਣ ਆਪਾਂ ਨੇ ਇਹਨੂੰ ਐਂ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਪਾਣੀ। ਪਾਣੀ ਤੁਸੀਂ ਆਪਣੇ ਨਾ ਸਵਾਦ ਅਨੁਸਾਰ ਪਾਉਣਾ, ਜਿਵੇਂ ਦੀ ਤੁਸੀਂ ਪਸੰਦ ਕਰਦੇ ਹੋ। ਕੋਈ ਪਤਲੀ ਖਾਂਦਾ ਹੈ, ਕੋਈ ਗਾੜੀ ਖਿਚੜੀ ਪਸੰਦ ਕਰਦਾ ਹੈ ਤੇ ਅਸੀਂ ਤਾਂ ਰਸ ਮਿਸੀ ਜੀ ਬਣਾਵਾਂਗੇ। ਜਿਹੜੇ ਨਾ ਆਪਣੇ ਮੰਮੀ ਔਰ ਮਾਮੀ ਜੀ ਉਹਨੇ ਆਏ ਹੋਏ ਆ ਉਹਨਾਂ ਨੂੰ ਨਾ ਪਤਲੀ ਉਹ ਖਿਚੜੀ ਪਸੰਦ ਹੈ ਤੇ ਆਪਾਂ ਨੇ ਇੰਨਾ ਕੁ ਪਾ ਲਿਆ ਪਾਣੀ। ਪਾਣੀ ਪਾਉਣ ਤੋਂ ਬਾਅਦ ਹੁਣ ਆਪਾਂ 2 ਸੀਟੀਆਂ ਲਵਾ ਦੇਵਾਂਗੇ ਤੇ ਆਪਣੀ ਖਿਚੜੀ ਬਣ ਕੇ ਹੋ ਜਾਣੀ ਹੈ ਤਿਆਰ। ਚਲੋ ਜੀ ਜਦੋਂ ਇਹ ਬਣ ਗਈ ਨਾ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ। ਚਲੋ ਜੀ ਹੁਣ ਆਪਣੀ ਖਿਚੜੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਹਦਾ ਢੱਕਣ ਖੋਲ ਕੇ ਆਪਾਂ ਤੁਹਾਨੂੰ ਦਿਖਾਉਂਦੇ ਆ। ਦੇਖੋ ਜੀ ਆਪਣੀ ਖਿਚੜੀ ਨਾ ਬਹੁਤ ਜ਼ਿਆਦਾ ਟੇਸਟੀ ਬਣੀ ਆ ਤੇ ਜਿਹੀ ਜੀ ਆਪਾਂ ਨੂੰ ਚਾਹੀਦੀ ਸੀ ਨਾ ਰਸ ਮਿਸੀ ਖਿਚੜੀ। ਇਹ ਦੇਖੋ ਉਹੀ ਜੀ ਆਪਾਂ ਨੇ ਬਣਾਈ ਹੈ, ਨਾ ਬਹੁਤੀ ਗਾੜੀ ਹੈ ਨਾ ਬਹੁਤੀ ਪਤਲੀ ਹੈ। ਦੇਖੋ ਜੀ ਆਪਾਂ ਨੇ ਇਹਦੇ ਖਿਚੜੀ ਦੇ ਵਿੱਚ ਪਾਈ ਹੈ ਹਲਦੀ। ਹਲਦੀ ਪਾਉਣ ਨਾਲ ਨਾ ਖਿਚੜੀ ਦਾ ਕਲਰ ਇੰਨਾ ਬਹੁਤ ਵਧੀਆ ਲੱਗਦਾ ਹੈ। ਤੁਸੀਂ ਨਾ ਦੇਸੀ ਘਿਓ ਨਾਲ ਵੀ ਖਾ ਸਕਦੇ ਹਾਂ, ਦਹੀਂ ਨਾਲ ਵੀ ਖਾ ਸਕਦੇ ਹਾਂ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਤੇ ਹੁਣ ਆਪਾਂ ਨਾ ਇੱਕ ਡੋਂਗੇ ਵਿੱਚ ਕੱਢ ਲੈਂਦੇ ਹਾਂ। ਇਹ ਆਪਾਂ ਨੂੰ ਨਾ ਖਾਣੀ ਚਾਹੀਦੀ ਹੈ, ਹਫ਼ਤੇ ਨੂੰ ਤਾਂ ਇੱਕ ਵਾਰੀ ਜ਼ਰੂਰ ਖਾਣੀ ਚਾਹੀਦੀ ਹੈ। ਹਲਕਾ ਫੁਲਕਾ ਖਾਣਾ ਨਾ ਜ਼ਰੂਰ ਖਾਣਾ ਚਾਹੀਦਾ। 24 ਘੰਟੇ ਰੋਟੀਆਂ ਵੀ ਨਹੀਂ ਖਾਣੀ ਚਾਹੀਦੀਆਂ ਹੈਗੀਆਂ, ਇਹ ਛੇਤੀ ਹਾਜ਼ਮ ਆ ਜਾਂਦੀ ਹੈ।
ਸਾਡੀ ਫੈਮਿਲੀ ਨੂੰ ਬਹੁਤ ਜ਼ਿਆਦਾ ਪਸੰਦ ਆਈ ਆ ਅਤੇ ਮਾਮੀ ਜੀ ਉਹਨਾਂ ਨੇ ਅਤੇ ਮੰਮੀ ਜੀ ਉਹਨਾਂ ਦਾ ਖਿਚੜੀ ਖਾ ਲਈ ਆ। ਮਾਮੀ ਜੀ ਉਹਨੇ ਕਹਿੰਦੇ ਵੀ ਪੁੱਤ ਮੈਂ ਤਾਂ ਨਾ ਦੇਸੀ ਘਿਓ ਪਾ ਕੇ ਖਾਊਂਗੀ, ਉਹਨਾਂ ਨੇ ਦੇਸੀ ਘਿਓ ਪਾ ਕੇ ਖਾਧੀ ਖਿਚੜੀ ਅਤੇ ਮੰਮੀ ਜੀ ਉਹਨਾਂ ਨੇ ਖਾਧੀ ਆ ਦਹੀਂ ਦੇ ਨਾਲ ਅਤੇ ਬਹੁਤ ਵਧੀਆ ਲੱਗੀ ਆ। ਚਲੋ ਜੀ ਆਪਾਂ ਨੇ ਨਾ ਹੁਣ ਖਿਚੜੀ ਇੱਕ ਡੋਂਗੇ ਵਿੱਚ ਕੱਢ ਲਈ ਹੈ ਅਤੇ ਦੇਖੋ ਇਹ ਆਪਣੀ ਹੈਗੀ ਖਿਚੜੀ। ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਖਿਚੜੀ ਬਣਾ ਕੇ ਜ਼ਰੂਰ ਦੇਖਿਓ ਅਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ। ਇਹ ਹੈਗੀ ਸਰਦੀਆਂ ਦੀ ਸਪੈਸ਼ਲ ਡਿਸ਼, ਇਹ ਬਜ਼ੁਰਗ ਖਾ ਕੇ ਨਾ ਬਹੁਤ ਜ਼ਿਆਦਾ ਖੁਸ਼ ਹੁੰਦੇ ਆ। ਚਲੋ ਜੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਆਪਾਂ ਇੱਦਾਂ ਹੀ ਸੋਹਣੀ ਸੋਹਣੀਆਂ ਵੀਡੀਓ ਪਾਉਂਦੇ ਰਹਾਂਗੇ। ਤੁਸੀਂ ਵੀ ਆਪਣੇ ਘਰ ਦੇ ਵਿੱਚ ਖਿਚੜੀ ਬਣਾ ਕੇ ਜ਼ਰੂਰ ਦੇਖਿਓ। ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ, ਮਿਲਦੇ ਹੁਣ ਅਗਲੀ ਵੀਡੀਓ 'ਚ। ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ।